ਹਾਂਜੀ, ਸਵਾਗਤ ਹੈ ਤੁਹਾਡੇ ਸਾਰਿਆਂ ਦਾ। ਤੇ ਬਈ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਲੇਟਡ ਹਰ ਨਿਊਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਚਾਹੇ ਭਾਵੇਂ ਉਹ ਰਿਜ਼ਲਟ ਦੇ ਰਿਲੇਟਡ ਹੋਵੇ, DMC ਬਾਰੇ ਰਿਲੇਟਡ ਹੋਵੇ ਜਾਂ ਕੁਛ ਬਾਰੇ ਵੀ। ਤੇ ਅੱਜ ਅਪਡੇਟ ਲੈ ਕੇ ਆਏ ਹਾਂ ਵੀਰੇ ਅਸੀਂ, ਅਤੇ 8ਵੀਂ ਕਲਾਸ ਵਾਲਿਆਂ ਦੇ ਲਈ ਇਹ ਅਪਡੇਟ ਨਿਕਲ ਕੇ ਆ ਰਹੀ ਹੈ ਜਗਬਾਣੀ ਵੱਲੋਂ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ ਜਮਾਤ ਦੀ ਪ੍ਰੀਖਿਆ ਲੈਣ ਦਾ ਐਲਾਨ ਕਰ ਦਿੱਤਾ ਗਿਆ ਵਾ। ਇਸ ਦਾ ਮਤਲਬ ਕੀ ਹੈ ਦੋਸਤੋ, ਹੁਣ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜੀ 5ਵੀਂ ਅਤੇ 8ਵੀਂ ਜਮਾਤ ਸੀਗੀ, ਕਲਾਸ ਸੀਗੀ, ਹੁਣ ਉਹਨਾਂ ਦੇ ਵੀ ਬੋਰਡ ਦੇ ਪੇਪਰ ਲਏ ਜਾਣਗੇ। ਉਹ ਇਹ ਅਫੀਸ਼ੀਅਲ ਅਪਡੇਟ ਆ ਗਿਆ ਵਾ ਵੈਬਸਾਈਟ 'ਤੇ, ਮੈਂ ਚੈੱਕ ਕੀਤਾ ਸੀਗਾ ਅਤੇ ਤੁਹਾਨੂੰ ਉਹ ਅਫੀਸ਼ੀਅਲ ਅਪਡੇਟ ਵੀ ਮੈਂ ਦਿਖਾ ਦਿੰਦਾ ਜੀ। ਅਤੇ ਬਾਕੀ ਹੁਣ ਆਪਾਂ ਇਹ ਦੇਖਦੇ ਹਾਂ ਜੀ ਖਬਰ ਇਹ 'ਚ ਕੀ ਲਿਖਿਆ ਹੋਇਆ ਜੀ। SES ਨਗਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਸੈਸ਼ਨ 2019-20 ਤੋਂ 5ਵੀਂ ਅਤੇ 8ਵੀਂ ਸ਼੍ਰੇਣੀਆਂ ਦੀ ਬੋਰਡ ਦੀ ਪ੍ਰੀਖਿਆ ਲਏ ਜਾਣ ਦੀ ਰਸਮੀ ਐਲਾਨ ਕਰ ਦਿੱਤਾ ਹੈ। ਬੋਰਡ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਜਾਣਕਾਰੀ ਅਨੁਸਾਰ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਦੇ ਨਾਲ 5ਵੀਂ ਅਤੇ 8ਵੀਂ ਪੱਧਰ ਦੇ ਸਾਲਾਨਾ ਪ੍ਰੀਖਿਆ ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਪੇਸ਼ ਕੀਤੀ ਗਈ 5ਵੀਂ ਅਤੇ 8ਵੀਂ ਪੱਧਰ ਤੱਕ ਦੇ ਸਕੂਲ ਨੂੰ ਸ਼ਨਾਖਤੀ ਨੰਬਰ ਜਾਰੀ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਅਤੇ ਹੁਣ ਇਹਨਾਂ ਨੇ ਇਸ ਵਿੱਚ ਕਿਹਾ ਕਿ ਜਿਹੜੀ 5ਵੀਂ ਅਤੇ 8ਵੀਂ ਕਲਾਸ ਦੇ ਨੇ ਉਹ ਵੀ ਬੋਰਡ ਦੇ ਪੇਪਰ ਲਏ ਜਾਣਗੇ, ਜਿਵੇਂ ਕਿ 10ਵੀਂ ਅਤੇ 12ਵੀਂ ਕਲਾਸ ਦੇ ਹੁੰਦੇ ਨੇ। ਇਹੀ ਅਪਡੇਟ ਆਇਆ ਹੋਇਆ ਭਾਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੱਲੋਂ ਜਾਰੀ ਕੀਤੀ ਗਈ ਸੂਚਨਾ ਸਪਸ਼ਟ ਕੀਤਾ ਗਿਆ ਹੈ ਕਿ ਬੋਰਡ ਪਹਿਲਾਂ ਹੀ ਮਾਨਤਾ ਪ੍ਰਾਪਤ 10ਵੀਂ ਅਤੇ 12ਵੀਂ ਪੱਧਰ ਦੇ ਸਕੂਲਾਂ ਨੂੰ ਵੱਖਰੀ ਮਾਨਤਾ ਦੀ ਕੋਈ ਲੋੜ ਨਹੀਂ ਹੈ। ਅਤੇ ਬਾਕੀ ਜਿਹੜੀ ਆ ਖਬਰ ਹੈ ਜੀ, ਤੁਸੀਂ ਪੜ੍ਹ ਲਿਓ, ਕੁਛ ਇਹਦੇ ਵਿੱਚ ਇੰਪੋਰਟੈਂਟ ਹੈ ਨਹੀਂ, ਤੁਹਾਡੇ ਲਈ ਇਹ ਸਕੂਲ ਦੇ ਲਈ ਇੰਪੋਰਟੈਂਟ ਹੈ ਜੀ। ਅਤੇ ਆਹ ਬਾਕੀ ਜੇਕਰ ਤੁਸੀਂ ਪੜ੍ਹਨਾ ਇਹਨੂੰ ਪਾਊਜ਼ ਕਰਕੇ ਜੀ ਤੁਸੀਂ ਆਹ ਪੜ੍ਹ ਸਕਦੇ ਹੋ ਜਿਹੜੀ ਅਪਡੇਟ ਆਈ ਹੈ ਜਗਬਾਣੀ ਵੱਲੋਂ ਜੀ। ਅਤੇ ਤੁਸੀਂ ਦੇਖ ਸਕਦੇ ਹੋ ਜੀ, ਬਸ ਇੰਨੀ ਹੀ ਅਪਡੇਟ ਹੈ ਜੀ ਆਹ। ਬਾਕੀ ਤੁਸੀਂ ਆਹ ਵੀਡੀਓ ਨੂੰ ਪਾਊਜ਼ ਕਰਕੇ ਪੜ੍ਹ ਲਿਓ ਜੀ ਕੀ ਲਿਖਿਆ ਹੋਇਆ ਜੀ। ਆਹ ਜਗਬਾਣੀ ਵੱਲੋਂ ਨਿਕਲ ਕੇ ਆ ਰਹੀ ਸੀਗੀ ਅਪਡੇਟ ਕਿ 5ਵੀਂ ਅਤੇ 8ਵੀਂ ਕਲਾਸ ਵਾਲਿਆਂ ਨੂੰ ਵੀ ਇਸ ਸਾਲ ਤੋਂ ਹੁਣ ਬੋਰਡ ਦੇ ਪੇਪਰ ਦੇਣੇ ਪੈਣਗੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਅਫੀਸ਼ੀਅਲ ਅਪਡੇਟ ਆਇਆ ਵੈਬਸਾਈਟ 'ਤੇ ਅੱਜ ਅਪਡੇਟ ਆਇਆ ਜੀ, ਅਤੇ ਉਹਦਾ ਲਿੰਕ ਮੈਂ ਤੁਹਾਨੂੰ ਦਿਖਾ ਦਿੰਦਾ ਜੀ। ਉਹ ਮੈਂ ਪਹਿਲਾਂ ਹੀ ਤੋਂ ਡਾਊਨਲੋਡ ਕੀਤਾ ਹੋਇਆ ਬਾਈ, ਅਤੇ ਆਪਾਂ ਤੁਹਾਨੂੰ ਉਹਦਾ ਮਤਲਬ ਉਹ ਦਿਖਾ ਦਿੰਦੇ ਜੀ, ਜਿਹੜਾ ਪ੍ਰੈਸ ਨੋਟ ਆਉਂਦਾ ਨਹੀਂ ਜੀ ਉਹਦਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਕਿ ਉਹਦੇ ਵਿੱਚ ਕੀ ਲਿਖਿਆ ਹੋਇਆ ਵਾ। ਅਤੇ ਇਹ ਮੈਂ ਪਹਿਲਾਂ ਹੀ ਤੋਂ ਡਾਊਨਲੋਡ ਕਰ ਲਿਆ ਸੀਗਾ ਜੀ ਵੈਬਸਾਈਟ ਤੋਂ, ਅਤੇ ਹੁਣ ਆਪਾਂ ਮਤਲਬ ਤੁਹਾਨੂੰ ਸੁਣਾ ਦਿੰਦੇ ਜੀ ਕੀ ਲਿਖਿਆ ਹੋਇਆ ਇਹਦੇ ਵਿੱਚ। ਅਤੇ ਆਹ ਪਬਲਿਕ ਨੋਟਿਸ ਆਇਆ ਹੋਇਆ ਜੀ, ਪੰਜਾਬ ਰਾਜ ਦੇ ਸਮੂਹ ਸਰਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫੀਲੀਏਟਡ ਅਤੇ ਐਸੋਸੀਏਟਡ ਪੰਜਾਬ ਸਕੂਲ ਆਦਰਸ਼ ਸਕੂਲ ਅਤੇ ਐਡਿਡ ਸਕੂਲ ਆਦਿ ਦੇ ਸਕੂਲ ਮੁਖੀਆਂ ਅਤੇ ਅਧਿਆਪਕ ਅਤੇ ਸਕੂਲ ਵਿੱਚ ਪੜ੍ਹਨ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਿੱਖਿਆ ਦਾ ਲਾਜ਼ਮੀ ਅਤੇ ਮੁਫਤ ਅਧਿਕਾਰ ਐਕਟ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੀਤੇ ਨਿਰਣੇ ਦੀ ਲਗਾਤਾਰਤਾ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕੈਡਮਿਕ ਸਾਲ 2019-20 ਤੋਂ 5ਵੀਂ ਅਤੇ 8ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਲਈ ਜਾਣੀ ਹੈ। ਬੋਰਡ ਦੀਆਂ ਇਹਨਾਂ ਪ੍ਰੀਖਿਆਵਾਂ ਲਈ ਨਿਰਧਾਰਿਤ ਸਕੀਮ ਆਫ ਸਟੱਡੀ ਵਿਸ਼ਾ ਵਾਰ ਅੰਕ ਵੰਡ CCE ਮੋਡਿਊਲ ਅਤੇ ਮਾਡਲ ਪ੍ਰਸ਼ਨ ਪੱਤਰ ਬੋਰਡ ਦੀ ਵੈਬਸਾਈਟ 'ਤੇ www.pseb.ac.in ਤੇ ਉਪਲਬਧ ਹਨ। ਇਸ ਵਿੱਚ ਕੀ ਲਿਖਿਆ ਹੈ ਦੋਸਤੋ, ਇਸ ਵਿੱਚ ਲਿਖਿਆ 5ਵੀਂ ਅਤੇ 8ਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਜਿਹੜੇ ਉਹਨੇ ਸਕੂਲ ਦੇ ਮੁੱਖ ਅਧਿਆਪਕ ਹੁੰਦੇ ਨੇ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਹੁਣ ਮਤਲਬ 5ਵੀਂ ਅਤੇ 8ਵੀਂ ਦੇ ਵੀ ਬੋਰਡ ਦੇ ਪੇਪਰ ਹੋਣਗੇ। ਅਤੇ ਬਾਕੀ ਉਹਨਾਂ ਦੇ ਜਿਹੜੇ ਪੇਪਰ ਆ ਜੀ ਮਾਰਕਸ CC ਸੈਕਸ਼ਨ ਪੈਟਰਨ ਪੇਪਰ ਦਾ ਉਹ ਬੋਰਡ ਦੀ ਵੈਬਸਾਈਟ 'ਤੇ ਸਾਰਾ ਕੁਝ ਅਵੇਲੇਬਲ ਹੈ। ਅਤੇ ਜਿਹੜੇ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ pseb.ac.in ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ। ਅਤੇ ਬਾਕੀ ਅਗਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਕੁਐਸਚਨ ਪੇਪਰ 'ਤੇ ਅਸੀਂ ਵੀਡੀਓਜ਼ ਲੈ ਕੇ ਆਈਏ ਪੈਟਰਨ ਦੇ ਹਿਸਾਬ ਨਾਲ ਕਿਹੜੇ ਕਿਹੜੇ ਪੇਪਰ ਹੋਣਗੇ, ਕਿਹੜੇ ਕਿਹੜੇ ਸਬਜੈਕਟ ਨੇ, ਤੁਸੀਂ ਮੈਨੂੰ ਕਮੈਂਟਸ ਕਰੋ ਜੀ। ਅਤੇ ਜੇਕਰ ਹੋਏਗੀ ਗੱਲਬਾਤ ਬਣੇਗੀ ਤਾਂ ਜੀ ਆਪਾਂ ਵੀਡੀਓ ਵੀ ਲੈ ਕੇ ਆਵਾਂਗੇ ਪੰਜਾਬੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਲੇਟਡ 5ਵੀਂ ਅਤੇ 8ਵੀਂ ਜਮਾਤ ਦੇ ਰਿਲੇਟਡ। ਅਤੇ ਗੱਲ ਕਰੀਏ ਜੀ ਆਹ ਤਾਂ ਹੋ ਗਿਆ ਜੀ 5ਵੀਂ ਅਤੇ 8ਵੀਂ ਕਲਾਸ ਦੇ ਰਿਲੇਟਡ ਕਿ ਉਹਨਾਂ ਦੇ ਵੀ ਹੁਣ ਇਸ ਸਾਲ ਬੋਰਡ ਦੇ ਪੇਪਰ ਲਏ ਜਾਣਗੇ। ਅਤੇ ਇੱਕ ਔਰ ਅਪਡੇਟ ਮੈਂ ਤੁਹਾਨੂੰ ਦੱਸ ਦਿੰਦਾ ਜੀ, 10ਵੀਂ ਅਤੇ 12ਵੀਂ ਕਲਾਸ ਵਾਲਿਆਂ ਦੇ ਲਈ ਜਿਹੜਾ ਉਹਨਾਂ ਦਾ ਕੰਪਾਰਟਮੈਂਟ ਦਾ ਰਿਜ਼ਲਟ ਸੀਗਾ ਜੀ ਉਹ 10ਵੀਂ ਵਾਲਿਆਂ ਦਾ ਕਹਿ ਰਹੇ ਸੀਗੇ ਜੀ 15 ਤਰੀਕ ਨੂੰ ਆਉਣਾ, ਅਤੇ 12ਵੀਂ ਵਾਲਿਆਂ ਦਾ ਕਹਿ ਰਹੇ ਸੀਗੇ 19 ਤਰੀਕ ਨੂੰ। ਅਤੇ ਕੱਲ੍ਹ 15 ਤਰੀਕ ਹੈ ਦੋਸਤੋ, ਕੱਲ੍ਹ ਤੱਕ ਤੁਸੀਂ ਵੇਟ ਕਰੋ। ਅਗਰ ਕੱਲ੍ਹ 10ਵੀਂ ਕਲਾਸ ਦਾ ਕੰਪਾਰਟਮੈਂਟ ਦਾ ਰਿਜ਼ਲਟ ਨਹੀਂ ਆਇਆ ਜੀ ਆਪਾਂ ਕਾਲ ਕਰਕੇ ਪੁੱਛਾਂਗੇ PSB ਅਧਿਕਾਰੀ ਨੂੰ ਪਰਸੋਂ, ਕਿਉਂਕਿ ਕੱਲ੍ਹ ਤਾਂ ਸੰਡੇ ਹੈ ਜੀ, ਜਿਵੇਂ ਕੱਲ੍ਹ ਬਹੁਤ ਘੱਟ ਚਾਂਸ ਨੇ, ਅਤੇ ਪਰਸੋਂ ਤੱਕ ਆਪਾਂ ਇੰਤਜ਼ਾਰ ਕਰਦੇ ਹਾਂ। ਅਤੇ ਜੇਕਰ ਰਿਜ਼ਲਟ ਨਹੀਂ ਆਇਆ ਤਾਂ ਆਪਾਂ PSB ਨੂੰ ਕਾਲ ਕਰਕੇ ਪੁੱਛਾਂਗੇ ਕਿ ਕਿਉਂ ਨਹੀਂ ਆਇਆ ਰਿਜ਼ਲਟ, ਉਹਨਾਂ ਨੇ 15 ਤਰੀਕ ਕਹੀ ਸੀ ਆਪਾਂ ਨੂੰ। ਅਤੇ ਬਾਕੀ ਤੁਹਾਨੂੰ ਰਿਕਾਰਡਿੰਗ ਮੈਂ ਸੁਣਾ ਦੂੰਗਾ ਜੀ। ਅਤੇ ਜੀ ਬਸ ਜੇਕਰ ਤੁਸੀਂ ਅਜੇ ਮੈਮੋਰੀਅਲ ਜਨਰੇਸ਼ਨ ਦਾ ਚੈਨਲ ਦਾ ਜਿਹੜਾ ਬੈਲ ਆਇਕਨ ਹੈ ਜੀ ਪ੍ਰੈਸ ਨਹੀਂ ਕੀਤਾ, ਉਸਨੂੰ ਪ੍ਰੈਸ ਕਰ ਦਿਓ ਜੀ, ਅਤੇ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ।